अज अमृतसर दे विच स्कूल ऑफ एमिनेंस खोलिया गया पर उस तो पहला कुछ अध्यापक जिहड़े लगातार संघर्ष कर रहे सीगे उन्हां नूं किस तरीके दे नाल एक अलग तरीके दा उन्हां दे नाल वर्तीरा होया वो समझण वाली गल है। पीटीआई टीचर यूनियन दे वल्लों लगातार अपनियां मंगां नूं लैके सरकार तक आवाज पहुंचदी कीती जांदी रही है। गुरलाब साडे नाल फोन ते ने, हल्ले भी कहिंदे ने कि थाने बिठाया होया है। गुरलाब, जे असीं समझण दी कोशिश करिए सरकार दे इस रवैये नूं किस नजरिए नाल देखिए कि तुहानूं हल्ले भी थाने बिठाया होया, तुसीं हल्ले भी थाने बैठे हो? जी जी सर, असी थाना भीखी डिस्ट्रिक्ट मानसा, जी अपनी शिपी शर्मा भैन वो थाना सिटी मानसा टू जी, उसे लड़की असी इतने, बाकी साढ़े साथी अड़ो थाने च ने, कोई बुहा थाने चा, कोई किते थाने चा, सानू सरकार ने हवाला च कीता हुआ जी। तुहाडे तक की तुसी कोई प्रोटेस्ट करना सीगा, सरकार दा विरोध करना सीगा, जां उत्थे अमृतसर पहुंचना सीगा, की प्लान की सी तुहाडा? बिल्कुल, असी अमृतसर पहुंचना सी, केजरीवाल साहब आ रहे सी, जो वोटां तों पहलां सानू वादा करके गए सी जी, केजरीवाल साहब ते भगवंत मान साहब सानू वादा करके गए सी कि असीं थोड़ी भर्ती करांगे, पर साडी सरकार हुण जिहड़ी भर्ती है बिल्कुल रद्द कर दित्ती गई सी। उस दे खिलाफ केजरीवाल नूं दस्सण आए सी वी जो तुसीं वादा करके वोटां तों पहलां करके गए सी, अज तुसीं कित्थे हो? हुण सानूं ना तां सीएम साहब मिलदे ने, ना केजरीवाल साहब मिलदे ने, पर तो टेंकी दे उपर मिलना आए सी इन्ना समां सी उहनां कोल। गुलाब, मैनूं चंगी तरह याद आ ओह समां, असीं वी तुहाडे उत्थे कोल ही खड़े सी जदों भगवंत मान आए सीगे गड्डी दे विचों निकले, नाल भगवंत मान दे नाल केजरीवाल साहब सीगे, उहनां ने जिक्र कीता सीगा कि हां वी तुहाडियां मंगां असीं आप ध्यान दे विच रखांगे, मुड़ के किसी धी नूं जां भैण नूं टेंकी ते नहीं चढ़ना पऊगा। ਤਾਂ ਇਹ ਵੀ ਖਬਰਾਂ ਆਈਆਂ ਕਹਿੰਦੇ ਕੁਝ ਟੈਂਕੀਆਂ ਦੀਆਂ ਹੁਣ ਪੌੜੀਆਂ ਹੀ ਲਾ ਦਿੱਤੀਆਂ ਗਈਆਂ, ਮੁੜ ਕੇ ਬੰਦਾ ਕੋਈ ਚੜੇ ਹੀ ਨਾ ਉੱਥੇ। ਤੁਸੀਂ ਟੈਂਕੀ ਛੱਡੋ ਸਰ, ਸਾਨੂੰ ਹਵਲਾ ਚੰਦਰ ਕੀਤਾ ਹੋਇਆ ਟੈਂਕੀ ਚੜਨ ਦੀ ਬਜਾਏ ਟੈਂਕੀਆਂ ਦੀਆਂ ਪੌੜੀਆਂ ਲਾ ਦਿੱਤੀਆਂ ਗਈਆਂ, ਉਦੋਂ ਖੱਜਲ ਖਾਰ ਕੀਤਾ ਗਿਆ, ਪਰ ਸਾਨੂੰ ਇਹ ਸਾਡੀ ਅੱਜ ਸਵੇਰੇ ਮੇਰੇ ਘਰੇ 4 ਵਜੇ ਪੁਲਿਸ ਨੇ ਪਹੁੰਚ ਕੇ ਰੇਡ ਕੀਤੀ ਹੈ, ਮੈਨੂੰ ਪੂਰੇ ਪਰਿਵਾਰ ਨੂੰ ਹਰਾਸ਼ਮੈਂਟ ਕੀਤਾ। ਛੋਟਾ ਬੱਚਾ ਸੀ ਮੇਰਾ, ਉਹ ਦੇਖ ਕੇ ਬਹੁਤ ਰੋਇਆ, ਮੈਂ ਪਹਿਲੀ ਵਾਰ ਦੇਖਿਆ, ਪਹਿਲੀਆਂ ਸਰਕਾਰਾਂ 'ਚ ਨਹੀਂ ਹੋਇਆ ਜਿਹੜਾ ਇਹ ਸਰਕਾਰ ਦੇ ਵਿੱਚ ਹੋ ਰਿਹਾ ਹੈਗਾ। ਇਹ ਵੈਸੇ ਤੁਹਾਨੂੰ ਲੱਗਦਾ ਕਿ ਸਾਰਾ ਸਰਕਾਰੀ ਸ਼ਹਿਰ ਤੇ ਹੋ ਰਿਹਾ, ਸਰਕਾਰ ਕਹਿ ਰਹੀ ਹੈ ਤਾਂ ਹੀ ਹੋ ਰਿਹਾ, ਜਾਂ ਫਿਰ ਕੁਝ ਇਹ ਵੀ ਹੁੰਦਾ ਨਾ ਕਿ ਕੁਝ ਲੋਕਲ ਬੰਦੇ ਹੁੰਦੇ ਨੇ ਜਿਹੜੇ ਆਪਣੇ ਤੌਰ ਤੇ ਹੁਕਮ ਦੇ ਦਿੰਦੇ ਨੇ ਕਿ ਇਹ ਬੰਦੇ ਪ੍ਰੋਟੈਸਟ ਕਰਨ ਜਾ ਰਹੇ, ਅਸੀਂ ਸਰਕਾਰ ਦੇ ਮੋਹਰੇ ਜਾਂ ਮੁੱਖ ਮੰਤਰੀ ਮੋਹਰੇ ਆਪਣੀ ਟੋਰ ਬਣਾਉਣੀ ਆ, ਤਾਂ ਅਸੀਂ ਉਸ ਚੱਕਰ ਦੇ ਵਿੱਚ ਚੁਕਾ ਦਈਏ ਬੰਦੇ? ਦੇਖੋ ਦੇਖੋ ਸਰ, ਇਹ ਪੰਜਾਬ ਲੈਵਲ ਤੇ ਸਾਡੇ ਜਿੰਨੇ ਸਾਥੀ ਨੇ, ਜਲਾਲਾਬਾਦ ਤੋਂ ਨੇ, ਕ੍ਰਿਸ਼ਨ ਲਾਭਾ ਜੀ ਨੇ ਬਠਿੰਡੇ ਤੋਂ, ਸਭ ਸਾਥੀ ਆਰਡਰ ਰੈਸ਼ ਨੇ, ਹਵਾਲਾ 'ਚ ਅੰਦਰ ਨੇ, ਇੱਕ ਸਾਥੀ ਦੇ ਅੰਦਰ ਨਹੀਂ, ਜੇ ਪੰਜਾਬ ਦੇ ਉੱਪਰੋਂ ਆਰਡਰ ਆਇਆ, ਹੁਕਮ ਆਇਆ, ਤਾਂ ਸਾਨੂੰ ਜੇਲ੍ਹਾਂ ਦੇ ਵਿੱਚ ਥਾਣੇ ਵਿੱਚ ਰੱਖਿਆ ਗਿਆ। ਜੇ ਅਸੀਂ ਗੱਲ ਕਰੀਏ ਕਿੰਨੇ ਕੁ ਤੁਹਾਡੇ ਸਾਥੀ ਜਿਹੜੇ ਨੇ ਇਸ ਵੇਲੇ ਜੇਲ੍ਹਾਂ ਦੇ ਵਿੱਚ, ਤੁਹਾਨੂੰ ਖਬਰ ਆਈ ਹੈ ਜਾਂ ਤੁਸੀਂ ਫੋਨ ਕਰਕੇ ਪਤਾ ਕਰਨ ਦੀ ਕੋਸ਼ਿਸ਼ ਕੀਤੀ? ਮੈਨੂੰ ਘੱਟੋ ਘੱਟ ਪਤਾ ਲੱਗਿਆ 70-80 ਜਿਹੜੇ ਸਾਡੇ ਸਾਥੀ ਨੇ, ਉਹ ਵੱਖ ਵੱਖ ਥਾਣਿਆਂ 'ਚ, ਬਠਿੰਡੇ ਲਾ ਲਓ, ਮਾਨਸਾ ਲਾ ਲਓ, ਨਾਭੇ ਲਾ ਲਓ ਜੀ, ਜਲਾਲਾਬਾਦ ਲਾ ਲਓ, ਵੱਖ ਵੱਖ ਥਾਣੇ ਦੇ ਵਿੱਚੋਂ ਡੱਕੇ ਹੋਏ ਨੇਗੇ, ਤੇ ਪ੍ਰਸ਼ਾਸਨ ਦੀ ਬਹੁਤ ਮਾੜੀ ਘਿਨੌਣੀ ਹਰਕਤ ਆ, ਪਰ ਅਸੀਂ ਦੱਸਣਾ ਚਾਹੁੰਦੇ, ਚੇਂਜ ਕਰਨਾ ਚਾਹੁੰਦੇ ਵੀ ਸਰਕਾਰ ਸਾਨੂੰ ਥਾਣੇ ਡੱਕ ਕੇ ਨਹੀਂ ਕੁਛ ਕਰ ਸਕਦੀ, ਅਸੀਂ ਆਪਣਾ ਹੱਕ ਲੈ ਕੇ ਖੇਲਾਂਗੇ। ਗੁਲਾਬ, ਇੱਕ ਬੜੀ ਅਹਿਮ ਚੀਜ਼ ਹੈ, ਤੁਸੀਂ ਸਰਕਾਰ ਦੇ ਨਾਲ ਲਗਾਤਾਰ ਤੁਹਾਡੇ ਯੂਨੀਅਨ ਜਿਹੜੀ ਹੈਗੀ ਆ ਉਹ ਗੱਲਬਾਤ ਵੀ ਕਰਦੀ ਰਹੀ ਹੈ ਕਿ ਮਸਲੇ ਦਾ, ਇਹ ਵੀ ਤੁਹਾਨੂੰ ਭਰੋਸੇ ਮਿਲਦੇ ਰਹੇ ਨੇ ਕਿ ਹੱਲ ਕਰਾਂਗੇ। ਆਖਰੀ ਗੱਲ ਕਦੋਂ ਹੋਈ ਸੀ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ, ਕੀ ਗੱਲ ਹੋਈ ਸੀ, ਕੀ ਕੋਈ ਪੱਕਾ ਭਰੋਸਾ ਦਿੱਤਾ ਸੀਗਾ, ਜਾਂ ਫਿਰ ਉਹਨਾਂ ਨੇ ਪੱਕੇ ਤੌਰ ਤੇ ਇਹੀ ਕਹਿਤਾ ਸੀ ਵੀ ਨਹੀਂ ਤੁਹਾਨੂੰ ਅਸੀਂ ਪੱਕੇ ਨਹੀਂ ਕਰ ਸਕਦੇ? ਨਹੀਂ ਸਰ, ਬਿਲਕੁਲ ਸਾਡੀ ਮੰਤਰੀ ਸਾਹਿਬ ਨਾਲ ਗੱਲ ਹੁੰਦੀ ਸੀ, ਉਹ ਗੁਰੂ ਗੋਬਿੰਦ ਸਿੰਘ ਦੀ ਸਹੁੰ ਖਾਧੀ ਸੀ, ਕਹਿੰਦਾ ਵੀ ਸੂੜੀ ਭਰਤੀ ਕਰਾਂਗੇ ਜੋ ਵੀ ਹੋਵੇ, ਪਰ ਸਾਨੂੰ ਕੋਰਟ ਦੇ ਜਾ ਕੇ ਇਹਨਾਂ ਨੇ ਗੱਲ ਕਹਿਤੀ ਵੀ ਅਸੀਂ ਭਰਤੀ ਇਹ ਡੈਂਕ ਜਿਹੜਾ ਖਤਮ ਪੋਸਟ ਅਸੀਂ ਕਰ ਨਹੀਂ ਸਕਦੇ, ਪਰ ਵੋਟਾਂ ਤੋਂ ਪਹਿਲਾਂ ਤਾਂ ਇਹ ਉਦੋਂ ਗੱਲ ਇਹ ਕਹਿ ਰਹੀ ਸੀ ਅਸੀਂ ਭਰਤੀ ਕਰਾਂਗੇ, ਕੋਰਟ ਦਾ ਫੈਸਲਾ ਵੀ ਸਾਡੇ ਹੱਕ 'ਚ ਆ ਚੁੱਕਿਆ, ਪਰ ਨਾਲ ਹੀ ਐਫੀਡ ਦੇ ਬੈਠੇ ਨੇ ਸਾਨੂੰ ਕੋਰਟ ਦੇ ਵਿੱਚ ਕਹੀ ਜਾਂਦੇ ਸਾਨੂੰ ਸਮਾਂ ਦਿੱਤਾ ਜਾਵੇ, ਅਸੀਂ ਭਰਤੀ ਕਰਨਾ ਚਾਹੁੰਦੇ ਹਾਂ, ਇਹ ਦੋ ਪੱਖ ਸਾਨੂੰ ਸਮਝ ਨਹੀਂ ਆ ਰਹੀ ਸਰਕਾਰ ਸਾਡੇ ਨਾਲ ਕਿਉਂ ਇੱਦਾਂ ਦਾ ਮਜ਼ਾਕ ਕਰ ਰਹੀ। ਨਹੀਂ ਵੈਸੇ ਗੱਲ ਅੜੀ ਕਿੱਥੇ ਹੋਈ ਹੈ, ਜਿੱਦਾਂ ਤੁਸੀਂ ਕੋਰਟ ਦਾ ਵੀ ਹਵਾਲਾ ਦੇ ਰਹੇ ਹੋ, ਤੁਹਾਨੂੰ ਜਦੋਂ ਮੰਤਰੀਆਂ ਦੇ ਨਾਲ ਮੁਲਾਕਾਤ ਹੋਈ ਸੀ ਉਹ ਕੋਈ ਹਵਾਲਾ ਦਿੰਦੇ ਨੇ ਵੀ ਆਹ ਚੀਜ਼ ਆ, ਇਸ ਕਰਕੇ ਤੁਹਾਡੀ ਭਰਤੀ ਪੱਕੀ ਨਹੀਂ ਹੋ ਸਕਦੀ? ਦੇਖੋ ਮੰਤਰੀ ਸਾਹਿਬ ਤਾਂ ਹੁਣ ਇਹ ਕਹਿ ਰਹੇ ਨੇ, ਅਸੀਂ ਗੱਲਬਾਤ ਕਰੀਏ ਸੀਐਮ ਦੇ ਅੰਡਰ ਕੰਮ ਆ ਜੀ, ਸੀਐਮ ਸਾਨੂੰ ਅੱਜ ਤੱਕ ਮਿਲਿਆ ਨਹੀਂ, ਇੱਕ ਵਾਰ ਵੀ ਨਹੀਂ ਮਿਲਿਆ ਹੈਗਾ, ਪੰਜਾਬ ਸਰਕਾਰ ਅਸੀਂ ਦੋਸ਼ੀ ਹਾਂ ਵੀ ਅਸੀਂ ਵੋਟਾਂ ਪਾ ਕੇ ਸੀਐਮ ਬਣਾਇਆ, ਸਾਨੂੰ ਚੰਨੀ ਮਿਲਦਾ ਰਿਹਾ, ਕੈਪਟਨ ਨਹੀਂ ਮਿਲਿਆ, ਪਰ ਚੰਨੀ ਇੱਕ ਦੋ ਵਾਰ ਨਾਲ ਮੁਲਾਕਾਤ ਹੋਈ ਆ, 1.5 ਸਾਲ ਹੋ ਗਿਆ ਸੀਐਮ ਨੂੰ, ਸਾਡੇ ਨਾਲ ਇੱਕ ਵਾਰ ਵੀ ਮੁਲਾਕਾਤ ਸੀਐਮ ਨੇ ਨਹੀਂ ਕੀਤੀ, ਅਸੀਂ ਇਹ ਵੀ ਕਹਿ ਰਹੇ ਹਾਂ ਜੀ ਅਸੀਂ ਖਲਤ ਹਾਂ ਨਾ, ਸਾਨੂੰ ਦੋਸ਼ੀ ਪਾਇਆ ਜਾਵੇ, ਅਸੀਂ ਸਾਡਾ ਹੱਕ ਜਾਇਜ਼ ਆ ਜੀ, ਅਸੀਂ ਸਾਡੇ ਨਾਲ ਇੱਕ ਵਾਰ ਮੀਟਿੰਗ ਕਰ ਲਈ। ਤੁਹਾਡੀ ਮੁੱਖ ਮੰਤਰੀ ਨਾਲ ਹੁਣ ਤੱਕ ਕੋਈ ਮੁਲਾਕਾਤ ਨਹੀਂ ਹੋਈ? ਬਿਲਕੁਲ ਸਰ, ਕੋਈ ਮੁਲਾਕਾਤ ਨਹੀਂ। ਪਰ ਇਹ ਤਾਂ ਸਰਕਾਰ ਕਹਿੰਦੀ ਸੀ ਕਿ ਭਗਵੰਤ ਮਾਨ ਵੀ ਉਚਿਤ ਤੌਰ ਤੇ ਕਹਿੰਦੇ ਸੀਗੇ ਕਿ ਅਸੀਂ ਲੋਕਾਂ ਦੇ ਨੁਮਾਇੰਦੇ ਆ, ਅਸੀਂ ਲੋਕਾਂ ਦੀਆਂ ਸੱਥਾਂ ਦੇ ਵਿੱਚੋਂ ਸਰਕਾਰ ਚਲਾਵਾਂਗੇ, ਤੇ ਤੁਸੀਂ ਕਹਿੰਦੇ ਕਿ ਤੁਹਾਡੇ ਨਾਲ ਇੱਕ ਵੀ ਮੁਲਾਕਾਤ ਨਹੀਂ ਕੀਤੀ ਉਹਨਾਂ ਨੇ? ਸਰਕਾਰ ਜ਼ਰੂਰ ਚਲਾ ਰਹੇ ਨੇ, ਹਵਾਲਾ ਤੇ ਥਾਣੇ ਹਵਾਲਾ 'ਚ ਅੰਦਰ ਸਰਕਾਰ ਚਲਾ ਰਹੇ ਨੇ, ਹਵਾਲਾ 'ਚ ਦੇਖ ਕੇ ਉਸ ਨੂੰ ਸਰਕਾਰ ਚਲਾ ਰਹੇ ਨੇ, ਕੋਈ ਸ਼ੱਕ ਨਹੀਂ ਹੈਗਾ। ਕੀ ਕਹਿਣਾ ਚਾਹੋਗੇ ਸਰਕਾਰ ਨੂੰ ਇਸ ਵੇਲੇ ਤੁਸੀਂ? ਦੇਖੋ ਸਰ, ਦੇਖੋ 24 ਨੇ ਵੋਟਾਂ ਆ ਰਹੀਆਂ ਨੇ ਜੀ, ਜੇ ਅਸੀਂ ਜੰਗ ਵਲਾਡੇ ਇਹਨਾਂ ਨੂੰ ਵੋਟਾਂ ਪਾਈਆਂ ਨੇ, ਆਸ ਰੱਖ ਕੇ ਪਾਈਆਂ ਨੇ, ਪਰ 92 MLA ਜਿੱਤੇ ਨੇ ਜਿਹਨਾਂ ਦੇ ਹੀ ਹਾਲਾਤ ਰਹੇ, 92 ਕੀ 12 MLA ਇਹਨਾਂ ਦੇ ਜਿਹੜੇ ਆਉਣ ਵਾਲੇ ਵਿਧਾਨ ਸਭਾ ਲੋਕ ਸਭਾ ਵਿੱਚ 2 MP ਜਾਂ 2 MLA ਵੀ ਨਹੀਂ ਜਿੱਤਦੇ ਇਹਨਾਂ ਦੇ। ਗੁਰਲਾਬ, ਸ਼ੁਕਰੀਆ, ਤੁਸੀਂ ਤਮਾਮ ਜਾਣਕਾਰੀ ਦਿੱਤੀ, ਪਰ ਇਸ ਗੱਲ ਦਾ ਖੇਦ ਵੀ ਹੈਗਾ ਕਿ ਤੁਸੀਂ ਇਸ ਵਕਤ ਥਾਣੇ ਬੈਠੇ ਹੋ ਬਿਨਾਂ ਕਿਸੇ ਕਸੂਰ ਤੋਂ। ਪੁਲਿਸ ਵਾਲੇ ਕੀ ਕਹਿ ਰਹੇ ਨੇ ਤੁਹਾਨੂੰ? ਪੁਲਿਸ ਵਾਲੇ ਸਾਨੂੰ ਦੁੱਖ ਤੇ ਇਹ ਚੀਜ਼ ਦਾ ਵੀ ਚਿੱਟੇ ਵਾਲੇ ਨੂੰ ਫੜੋ, ਸਾਨੂੰ ਨਾ ਫੜੋ, ਅਸੀਂ ਡਿਗਰੀਆਂ ਕੀਤੀਆਂ ਨੇ, ਬੇਰੁਜ਼ਗਾਰ ਹਾਂ, ਅਸੀਂ ਸਪੋਰਟਸਮੈਨ ਹਾਂ, ਸਾਨੂੰ ਨਾ ਫੜੋ, ਜਿਹਨੂੰ ਫੜਨਾ ਤੁਸੀਂ ਉਹਨਾਂ ਨੂੰ ਅੰਦਰ ਕਰੋ, ਅਸੀਂ ਹਵਾਲਾ 'ਚ ਸਾਡਾ ਕਸੂਰ ਕੀ ਆ? ਸਾਡੀ ਹੀ ਸਰਕਾਰ ਨੂੰ ਗੁਜ਼ਾਰਿਸ਼ ਆ ਵੀ ਜਿਹੜੇ ਲੋਕ ਗਲਤ ਕੰਮ ਉਹਨਾਂ ਨੂੰ ਫੜੋ, ਅਸੀਂ ਤਾਂ ਕੋਈ ਡਿਗਰੀ ਪੜ੍ਹੇ ਲਿਖੇ ਹੋਏ ਹਾਂ, ਪੰਜਾਬ ਦੇ ਨੌਜਵਾਨ ਹਾਂ, ਇੱਕ ਪਾਸੇ ਤੁਸੀਂ ਕਹਿੰਦੇ ਹੋ ਬਾਹਰ ਜਾਓ ਨਾ ਜਾਓ, ਅਸੀਂ ਇੱਧਰ ਰੁਜ਼ਗਾਰ ਦੇ
ਪਰ ਅੱਜ ਤਾਂ ਅੰਮ੍ਰਿਤਸਰ ਦੇ ਵਿੱਚ ਤਾਂ ਉਹ ਕਹਿੰਦੇ ਕਿ ਅਸੀਂ ਲੋਕਾਂ ਨੂੰ ਹੁਣ ਨਵੀਂ ਸੇਧ ਦੇਣੀ ਹੈ, ਸਕੂਲ ਆਫ ਐਮੀਨੈਂਸ ਖੋਲਿਆ ਜਾ ਰਿਹਾ, ਤੇ ਤੁਸੀਂ ਕਹਿੰਦੇ ਜਿਹਨਾਂ ਨੇ ਪੜ੍ਹਾਈ ਕੀਤੀ ਹੈ ਤੇ ਉਹਨਾਂ ਨੂੰ ਥਾਣਿਆਂ 'ਚ ਡੱਕਿਆ ਜਾ ਰਿਹਾ। ਸਾਨੂੰ ਸਵੇਰੇ 4 ਵਜੇ ਘਰੋਂ ਚੱਕ ਕੇ ਹੀ ਹਵਾਲਾ ਚੰਦਰ ਕਰਕੇ ਨਵੀਂ ਸੇਧ ਹੈ, ਇਹ ਵੀ ਨਵੀਂ ਸੇਧ ਹੈ ਸਰਕਾਰ ਦੀ। ਠੀਕ ਹੈ ਗੁਰਲਾਭ, ਸ਼ੁਕਰੀਆ ਧੰਨਵਾਦ ਪੂਰੀ ਜਾਣਕਾਰੀ ਲਈ। ਓਕੇ ਓਕੇ।